بسم اللہ الرحمن الرحیم ایاک نعبد و ایاک نستعین اهدنا الصراط المستقیم السلام علیکم پاکستانی فارمر امید ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਹੈ ਜੀ ਚਾਰੇ ਦੇ ਉੱਤੇ ਕਾਫੀ ਸਾਰੇ ਦੋਸਤਾਂ ਨੇ ਇਤਰਾਜ਼ ਵੀ ਕੀਤਾ ਕਮੈਂਟ ਵੀ ਕੀਤੇ ਕਿ ਜਲਵੀ ਸਾਹਿਬ ਗੰਧਮ ਨਹੀਂ ਲੈ ਕੇ ਬੈਗੇ ਜੇ ਕੀ ਕਢਣਾ ਗੰਧਮ ਦੇ ਵਿੱਚੋਂ ਤੇ ਹੁਣ ਸਰਕਾਰ ਕੋਈ ਸਬਜ਼ੀਆਂ ਦੇ ਉੱਤੇ ਕੋਈ ਤਿਲਾ ਦੇ ਉੱਤੇ ਕੋਈ ਚਾਵਲ ਦੀ ਅਗਲੀ ਫਸਲ ਆ ਰਹੀ ਹੈ ਉਹਦੇ ਉੱਤੇ ਕੋਈ ਅਪਡੇਟ ਕਰੋ ਇੱਕੋ ਚੀਜ਼ ਨੂੰ ਲੈ ਕੇ ਨਾ ਫੜੇ ਰੱਖੋ ਔਰ ਬਾਰੇ ਜੋ ਗੰਦਾ ਮੋਕੇ ਤੇ ਫਿਰ ਤੁਸੀਂ ਚਾਵਲ ਫੜ ਲੈਣਾ ਤੇ ਤੁਨਕਾ ਇੱਕ ਚੀਜ਼ ਨੂੰ ਨਾ ਲਾਓ ਤੇ ਜਨਾਬ ਮੈਂ ਤੁਹਾਡੀ ਸਭ ਦੀ ਫਰਮਾਇਸ਼ ਦੇ ਉੱਤੇ ਜਿਹੜਾ ਵਾ ਉਹ ਆਪਣਾ ਜਿਹੜਾ ਵਾ ਉਹ ਬਦਲ ਦਿੱਤੀ ਹੈ ਵੀਡੀਓ ਦਾ ਰੁਖ ਬਦਲ ਦਿੱਤਾ ਹੈ ਔਰ ਇੱਕ ਤਾਂ ਦੋਸਤਾਂ ਹੀ ਫਰਮਾਇਸ਼ ਕੀਤੀ ਕਿ ਜੀ ਤੁਹਾਡੇ ਕੋਲ ਚਾਰਾ ਲੱਗਾ ਵਾ ਆਸਟ੍ਰੇਲੀਆ ਤੋਂ ਤੁਸੀਂ ਜਿਹੜਾ ਇੰਪੋਰਟ ਕਰਵਾਇਆ ਵਾ ਆਸਟ੍ਰੇਲੀਅਨ ਰੈਡ ਨੈਪੀਅਰ ਗਰਾਸੋ ਦੇ ਉੱਤੇ ਇੱਕ ਵੀਡੀਓ ਦੇ ਦਿਓ ਤੇ ਬੜੀ ਸ਼ਾਰਟ ਜੀ ਵੀਡੀਓ ਮੈਂ ਦਵਾਂਗਾ ਅੱਜ ਵੀਡੀਓ ਇੱਥੇ ਸ਼ੁਰੂ ਕਰਦੇ ਹਾਂ ਕਿ ਜੀ ਇਹਦੇ ਤੁਸੀਂ ਇਹ ਪੱਤੇ ਵੇਖ ਰਹੇ ਜੇ ਉੱਤੋਂ ਲਾਲ ਹੈਗੇ ਆ ਯਾਨੀ ਕਿ ਰੈੱਡ ਹੈਗੇ ਆ ਥੱਲੇ ਜਿਹੜੇ ਉਹ ਸਬਜ਼ ਹੈਗੇ ਯਾਨੀ ਕਿ ਇਹ ਰੈੱਡ ਨੇਪੀਅਰ ਗਰਾਸ ਹੈ ਇਹਦੀ ਜਿਹੜੀ ਹਾਈਟ ਇਸ ਟਾਈਮ ਜੀ ਜ਼ਮੀਨ ਤੋਂ ਲੈ ਕੇ ਕੋਈ ਤਕਰੀਬਨ ਜਿਹੜੀ ਹੈ ਨਾ ਇਹ 14 ਫੁੱਟ ਤੇ ਜਿਹੜਾ ਵਾ ਉਹ ਖੜਾ ਹੈ ਇਸ ਟਾਈਮ 14 ਫੁੱਟਾਂ ਤੇ ਪੂਰਾ ਖੜਾ ਹੈ ਠੀਕ ਹੈ ਜੀ ਔਰ ਦੂਸਰੀ ਦੀ ਮੈਂ ਗੱਲ ਦਾ ਸਤਾ ਜਾਵਾਂ ਕਿ ਮੌਸਮੀ ਜਿਹੜੇ ਇਫੈਕਟ ਹੈ ਜਿਦਾ ਗੰਧਮ ਤੇ ਹੋਏ ਜਾਂ ਹੋਰ ਕਿਸੇ ਚੀਜ਼ ਤੇ ਹੋਏ ਇੱਤੇ ਨਹੀਂ ਕਿਸੇ ਕਿਸਮ ਦਾ ਜਿਹੜਾ ਵਾ ਨਾ ਉਹ ਹੋਇਆ ਇਹ ਗੰਨਾ ਨਹੀਂ ਜਿਸ ਨਾਲ ਖੜਾ ਗੰਨੇ ਨੂੰ ਕਿਸੇ ਕਿਸਮ ਦਾ ਚਲਸਾਉ ਨਹੀਂ ਆਂਦਾ ਕਿਸੇ ਕਿਸਮ ਦਾ ਇਹਦੇ ਤੁਸੀਂ ਆ ਪੱਤੇ ਵੇਖੋ ਜੀ ਕੋਹਰਾ ਵੀ ਪੈਂਦਾ ਰਿਹਾ ਵੈ ਧੁੰਦਾ ਵੀ ਰਹੀਆਂ ਮੈਂ ਇਹਨੂੰ ਕਿਸੇ ਕਿਸਮ ਦਾ ਜਿਹੜਾ ਵੈ ਉਹ ਮਸਲਾ ਨਹੀਂ ਹੋਇਆ ਪੱਤੇ ਇਹਦੇ ਨਹੀਂ ਸੜੇ ਅਕਸਰ ਜਿੰਨੇ ਵੀ ਨੈਪੀਅਰ ਗ੍ਰਾਸ ਪਾਕਿਸਤਾਨ ਚ ਪਹਿਲੇ ਲੱਗੇ ਹਰੇ ਜਿਹੜੇ ਆ ਉਹਨਾਂ ਦੇ ਪੱਤੇ ਸੜ ਜਾਂਦੇ ਅਕਸਰ ਦੋਸਤਾਂ ਦੇ ਇੱਕ ਕਮੈਂਟ ਹੁੰਦੇ ਆ ਔਰ ਸਵਾਲ ਹੁੰਦਾ ਹੈ ਕਿ ਯਾਰ ਨੈਪੀਅਰ ਗ੍ਰਾਸ ਤਾਂ ਪਾਕਿਸਤਾਨ ਚ ਪਹਿਲੇ ਬਹੁਤ ਲੱਗਾ ਹੋਇਆ ਹੈ ਤੇ ਆਖਰ ਅਸੀਂ ਰੈਡ ਨੈਪੀਅਰ ਗ੍ਰਾਸ ਹੀ ਕਿਉਂ ਜੜਾ ਵਾ ਉਹ ਲਈਏ ਤੁਹਾਡੇ ਕੋਲ ਜਾਂ ਕਿਉਂ ਲੈ ਕੇ ਅਸੀਂ ਆਪਣੇ ਡੰਗਰਾਂ ਨੂੰ ਪਾਈਏ ਕਿਉਂਕਿ ਨੈਪੀਅਰ ਗ੍ਰਾਸ ਪਾ ਪਾ ਕੇ ਉਹਨਾਂ ਦੇ ਡੰਗਰਾਂ ਦਾ ਦੁੱਧ ਸੁੱਕ ਗਿਆ ਵਾ ਤੇ ਆਖਰ ਕੀ ਵਜਾ ਵਾ ਕਿ ਇਹ ਇਹ ਲਈਏ ਤੇ ਇਹ ਚ ਕੀ ਖਾਸ ਗੱਲ ਹੈ ਗਈ ਹੈ ਤੇ ਇਹਦੇ ਵਿੱਚ ਜਿਹੜੀ ਖਾਸ ਗੱਲ ਹੈ ਜੀ ਇਹਦਾ ਪ੍ਰੋਟੀਨ ਲੈਵਲ ਜਿਹੜਾ ਵਾ ਉਹ 22% ਹੈ ਠੀਕ ਹੈ ਜੀ ਔਰ ਅਕਸਰ ਦੋਸਤਾਂ ਦੇ ਜੀ ਤੁਸੀਂ ਰਿਪੋਰਟ ਤੁਸੀਂ ਇਹਦਾ ਲੈਬਾਰਟਰੀ ਟੈਸਟ ਕਰਵਾਇਆ ਹੋਵੇ ਤੇ ਸਰ ਮੈਂ ਨਹੀਂ ਕਰਵਾਇਆ ਜਿਹੜੀ ਆਸਟ੍ਰੇਲੀਆ ਦੀ ਆਪਣਾ ਯੂਨੀਵਰਸਿਟੀ ਆ ਉਹਨਾਂ ਦੇ ਲੈਬਾਰਟਰੀ ਟੈਸਟ ਮੌਜੂਦ ਆ Google ਤੇ ਜਾ ਕੇ ਤੁਸੀਂ ਸਰਚ ਵੀ ਕਰ ਸਕਦੇ ਹੋ ਤਨੇ ਇਹਦੇ ਜਿਹੜੇ ਆ ਉਹ 50 60 50 60 ਤਨੇ ਹੁੰਦੇ ਆ ਇੱਕ ਪੌਦੇ ਦੇ ਮੌਸਮ ਦੀ ਅਗਰ ਗੱਲ ਕਰੀਏ ਤੇ ਸਿਰਫ ਦਸੰਬਰ ਜਨਵਰੀ ਕਾਸ਼ਤ ਨਹੀਂ ਹੁੰਦਾ ਸੌਰੀ ਨਵੰਬਰ ਦਸੰਬਰ ਜਨਵਰੀ ਔਰ ਫਰਵਰੀ ਦੀ 20 ਤੱਕ ਕਾਸ਼ਤ ਨਹੀਂ ਹੁੰਦਾ ਔਰ ਉਹਨਾਂ ਲੱਗਿਆ ਕਾਸ਼ਤ ਕਰ ਸਕਦੇ ਆ ਜਿੱਥੇ ਮੌਸਮ ਜਿਹੜਾ ਵਾ ਉਹ ਠੀਕ ਹੈ ਜਿੱਥੇ ਕੋਰਾ ਘਟ ਪੈਂਦਾ ਜਿੱਥੇ ਜਿਸ ਵਾਂ ਹੁਣ ਮੱਕਈ ਲਗਣੀ ਸ਼ੁਰੂ ਹੋ ਗਈ ਸਾਈਵਾਲ ਦੇ ਪਾਲਪੁਰ ਜਨੂਬੀ ਪੰਜਾਬ ਚ ਇਹਦੀ ਕਾਸ਼ ਜਿਹੜੀ ਹੈ ਅਗਲੇ ਮਹੀਨੇ ਫਰਵਰੀ ਨੂੰ ਸ਼ੁਰੂ ਹੋਆ ਅੱਜ 30 ਤਰੀਕ ਹੈ 30 ਜਨਵਰੀ ਸਾਲ 2024 ਤੇ 10 12 ਦਿਨਾਂ ਬਾਅਦ ਜੀ ਇਹਦੀ ਬੁਕਿੰਗ ਸਾਡੇ ਕੋਲ ਕਾਫੀ ਜ਼ਿਆਦਾ ਪਾਕਿਸਤਾਨ ਪਰ ਜੁ ਆਈ ਹੈ ਅਸੀਂ ਰਜਿਸਟਰ ਦੇ ਉੱਤੇ ਆਪਣੇ ਫਾਰਮਰ ਦੇ ਨਾਮ ਲਿਖੇ ਆ ਤੇ ਦਸੰਬਰ ਚ ਬੁਕਿੰਗ ਆਣਾ ਸ਼ੁਰੂ ਹੋ ਗਈ ਸੀਗੀ ਤੇ ਉਹਨਾਂ ਨੂੰ ਇਨਸ਼ਾਅੱਲਾ ਜਿਹੜਾ ਵਾ ਉਹ ਅਸੀਂ ਪ੍ਰੋਵਾਈਡ ਕਰ ਅਸੀਂ ਗੱਲ ਕਰ ਰਹੇ ਹਾਂ ਜੀ ਕਿ ਇੱਥੇ ਪ੍ਰੋਟੀਨ ਲੈਵਲ ਜ਼ਿਆਦਾ ਵਾ ਦੁੱਧ ਜਿਹੜਾ ਵਾ ਉਹ ਜ਼ਿਆਦਾ ਵਾ ਹਾਲਾਂਕਿ ਜਿਹੜਾ ਸਾਡੇ ਕੋਲ ਨੈਪੀਅਰ ਗਰਾਸ ਦੂਸਰਾ ਸੀਗਾ ਉਹਦੇ ਵਿੱਚ ਉਹ ਡੰਗਰਾਂ ਨੂੰ ਜਿਹੜੇ ਪਾਈਦਾ ਸੀ ਤੇ ਸਾਡੇ ਡੰਗਰਾਂ ਦਾ ਦੁੱਧ ਸੁੱਕਦਾ ਪਿਆ ਸੀਗਾ ਇੱਕ ਦੋ ਦੋਸਤਾਂ ਦੇ ਜਿਹੜੇ ਨਾ ਉਹ ਕਮੈਂਟ ਸੀ ਯਾਰ ਬੜਾ ਅੱਛਾ ਅਲਵੀ ਸਾਹਿਬ ਤੁਸੀਂ ਫਿਲਟਰ ਲਗਾਇਆ ਤੇ ਜਨਾਬ ਫਿਲਟਰ ਨਹੀਂ ਹੈਗਾ ਪਿੱਛੇ ਦਰਖਤ ਵੇਖ ਸਕਦੇ ਜੀ ਹਰੇ ਆ ਥੱਲੇ ਆ ਬਰਸੀਨ ਦੀ ਫਸਲ ਹੈ ਇਹ ਹਰਿਆ ਤੇ ਇੱਕਦਮ ਤੇ ਯਾਰ ਫਿਲਟਰ ਨਹੀਂ ਨਾ ਲੱਗਦਾ ਪਿੱਛੇ ਠੀਕ ਹੈ ਜੀ ਤੇ ਫਿਲਟਰ ਲੱਗਾ ਹੋਵੇ ਪਤਾ ਲੱਗ ਜਾਂਦਾ ਵਾ ਤੁਹਾਡੇ ਸਾਹਮਣੇ ਆ ਗੰਦਾ ਤੇ ਨੈਪੀਅਰ ਇੱਕ ਸਾਹਮਣੇ ਵੀ ਲੱਗਾ ਵੈ ਲੇਕਿਨ ਇਹ ਉਹ ਨੈਪੀਅਰ ਹੈ ਜਿਹੜਾ ਪਾਕਿਸਤਾਨ ਦੇ ਵਿੱਚ ਆਮ ਰੂਟੀਨ ਚ ਪਹਿਲੇ ਲੱਗਾ ਜਿਹਨੂੰ ਸੁਪਰ ਨੈਪੀਅਰ ਆਂਦੇ ਆ ਠੀਕ ਹੈ ਜੀ ਇਹ ਵੀ ਮੇਰੇ ਕੋਲ ਲੱਗਾ ਮੇਰਾ ਆਪਣਾ ਹੀ ਹੈ ਲੇਕਿਨ ਇਹਦੇ ਥੱਲੋ ਥੱਲੋ ਪੱਤੇ ਤੁਸੀਂ ਦੇਖ ਸਕਦੇ ਜੇ ਇਹ ਦੂਰ ਥੋੜਾ ਜਿਹਾ ਹੈਗਾ ਵਾ ਦੋ ਕਿਲੇ ਹਟ ਕੇ ਹੈ ਇਹਦੇ ਪੱਤੇ ਜਿਹੜੇ ਆ ਉਹ ਥੱਲੋ ਸੁੱਕ ਗਏ ਆ ਠੀਕ ਹੈ ਉੱਤੋਂ ਹਰੇ-ਹਰੇ ਲੇਕਿਨ ਉੱਤੋਂ ਸੜ ਗਏ ਆ ਕੋਰੇ ਦੇ ਨਾਲ ਜਬ ਕਿ ਮੈਂ ਇਸਰੇ ਜਿਹੜਾ ਵਾ ਕੈਮਰਾ ਆਪਣਾ ਇਧਰ ਕਰਦਾ ਮੈਂ ਤੁਸੀਂ ਦੇਖਦੇ ਥੱਲੋਂ ਲੈ ਕੇ ਉੱਤੇ ਤੱਕ ਇੱਕੋ ਜਿਹੇ ਪੱਤੇ ਐ ਜਾਨੀ ਕਿ ਗ੍ਰੀਨ ਤੇ ਨਹੀਂ ਕਹਿ ਸਕਦਾ ਰੈਡ ਨੈਪੀਅਰ ਗਰਾਸ ਦਾ ਪੱਤਾ ਰੈਡ ਰੈਡ ਹੈਗਾ ਵੈ ਤੇ ਪੱਤੇ ਸੁੱਕੇ ਨਹੀਂ ਹੈਗੇ ਆ ਕਮਾਦ ਵਾਂਗੂ ਜਿੱਦਾ ਇਹ ਬੜੋਤਰੀ ਹੋ ਜਾਂਦੀ ਥੱਲੋਂ ਕਮਾਦ ਵਾਂਗੂ ਖੋਰੀ ਬਣਦੀ ਹੈ ਲੇਕਿਨ ਇਹਦਾ ਥੱਲੋਂ ਲੈ ਕੇ ਉੱਤੋਂ ਤੱਕ ਜਿਹੜਾ ਵੈ ਉਹ ਇਹਦੇ ਵਿੱਚ ਪੱਤਾ ਹੀ ਪੱਤਾ ਵੈ ਔਰ ਵਿੱਚ ਜਿਹੜਾ ਗੰਨਾ ਵੈ ਮੈਂ ਦਿਖਾ ਦਿੰਦਾ ਵਾਂ ਮੈਂ ਜਿਹੜਾ ਇਹਦੇ ਵਿੱਚ ਉਹ ਇਹਦੇ ਵਿੱਚ ਗੰਨਾ ਵਾ ਉਹਦਾ ਕੀ ਕਲਰ ਹੁੰਦਾ ਵੈ ਤੇ ਪ੍ਰੋਟੀਨ ਦੀ ਮੈਂ ਗੱਲ ਦੱਸੀ ਸੀ ਕਿ ਇਹਦੇ ਵਿੱਚ 22% ਦੇਗਾ ਵੈ ਮੈਂ ਉਥੇ ਆ ਨਾ ਜਿੱਥੇ ਅਸੀਂ ਹੱਥ ਲਗਾਇਆ ਵਾ ਆਪਣੇ ਕਿਸਾਨ ਵੀਰਾਂ ਨੂੰ ਅਸੀਂ ਦੇ ਰਹੇ ਸੀਗੇ ਔਰ ਤਕਰੀਬਨ 2 ਮਹੀਨੇ ਹੋ ਗਏ ਅਸੀਂ ਇਹਦੀ ਸੇਲ ਬੰਦ ਕਰ ਦਿੱਤੀ ਸੀਗੀ ਔਰ ਇਹ ਤੁਸੀਂ ਦੇਖ ਸਕਦੇ ਜਿੱਦਾਂ ਜਿੱਦਾਂ ਅਸੀਂ ਕਟਿਆ ਵਾ ਪਿੱਛੋ ਜਿਹੜਾ ਵਾ ਉਹ ਇਹਦਾ ਇੱਕ ਇੱਕ ਜਿਹੜਾ ਵਾ ਇੱਕ ਐ ਲੱਗਾ ਵੀ ਇੱਕ ਅੱਖ ਲੱਗੀ ਹੈ ਔਰ ਇੱਕ ਅੱਖ ਕੱਟਣ ਤੋਂ ਬਾਅਦ ਉਹਦੀ ਕਿੰਦਾ ਸ਼ਗੂਫੇ ਫੁੱਟ ਰਹੇ ਆ ਠੀਕ ਹੈ ਖਾਲੀ ਇਹੋ ਹੀ ਪੌਦਾ ਨਹੀਂ ਹੈਗਾ ਤੁਸੀਂ ਇਹ ਦੇਖ ਸਕਦੇ ਜੀ ਕਿ ਇਹ ਕਿਦਾਂ ਜਿਹੜਾ ਵਾ ਹੋ ਰਿਹਾ ਵਾ ਇਹ ਥੋੜਾ ਵੱਡਾ ਵੇਖੋ ਤੇ ਪੂਰੀ ਦਾ ਝਾੜੀ ਹੋ ਰਹੀ ਹੈ ਠੀਕ ਹੈ ਯਾਨੀ ਕਿ ਕਮਜ਼ ਕਮ ਮੇਰਾ ਖਿਆਲ ਹੈ ਕਿ 50 ਤੋਂ 70 ਦੇ ਵਿੱਚ ਇਹਦੇ ਸ਼ਗੂਫੇ ਹੋਣਗੇ ਠੀਕ ਹੈ ਜੀ ਔਰ ਇਹਦਾ ਕੱਦ ਇਸ ਟਾਈਮ ਜਿਹੜਾ ਵਾ ਉਹ ਪੂਰੇ 14 ਤੋਂ 15 ਫੁੱਟਾਂ ਦੇ ਖੜਾ ਵਾ ਮੈਂ ਕਿਸੇ ਦਿਨ ਨੈਕਸਟ ਵੀਡੀਓ ਦੇ ਵਿੱਚ ਜਿਹੜਾ ਵਾ ਉਹ ਲੈ ਕੇ ਆਵਾਂਗਾ ਅ ਕੋਈ ਪੈਮਾਨਾ ਵੀ ਜਿਹੜਾ ਮੈਂ ਤੁਹਾਨੂੰ ਦੱਸ ਸਕਾਂ ਅੱਛਾ ਹੁਣ ਅਸੀਂ ਇਹਦੀ ਗੰਨੇ ਆ ਲਾਣਾ ਵਾ ਕਿ ਇਹਦੇ ਗੰਨੇ ਦਾ ਜਿਹੜਾ ਰੰਗ ਹੈ ਉਹ ਤੇ ਮੈਂ ਇਹਦੀ ਖੋਰੀ ਲਾਈਏ ਹੁਣੇ ਤੇ ਮੈਂ ਤੁਹਾਨੂੰ ਇਸ ਲਈ ਲਾਈਏ ਦੀ ਖੋਰੀ ਕਿ ਮੈਂ ਦੱਸ ਸਕਾਂ ਕਿ ਇਹਦਾ ਜਿਹੜਾ ਤਣਾ ਮੈਂ ਜਾਂ ਇਹਦਾ ਜਿਹੜਾ ਗੰਨਾ ਮੈਂ ਉਹ ਸਾਡੇ ਕਮਾਦ ਮੰਗੂ ਹੈ ਜਿਹੜਾ ਅਸੀਂ ਨੈਪੀਅਰ ਗ੍ਰਾਸ ਆਮ ਲਾਇਆ ਵਾ ਉਹ ਚੀਜ਼ ਨਹੀਂ ਹੈਗੀ ਇਹਦੇ ਵਿੱਚ ਫਿਰ ਰਸ ਬਹੁਤ ਜ਼ਿਆਦਾ ਹੈਗਾ ਵਾ ਠੀਕ ਹੈ ਔਰ ਸ਼ਾਕਾਲਾ ਤੇ ਲਾਲ ਕੁਛ ਤਨੇ ਇਹਦੇ ਜਿਹੜੇ ਕਾਲੇ ਆ ਤੇ ਨਾਲ ਰੈਡੀਸ਼ ਰੈਡੀਸ਼ ਜਿਹੜੇ ਹੈਗੇ ਆ ਉਹ ਹੈਗੇ ਆ ਤੇ ਰਸ ਇਹਦੇ ਵਿੱਚ ਜ਼ਿਆਦਾ ਵਾ ਇਹਦੇ ਵਿੱਚ ਫੋਗ ਨਹੀਂ ਹੈਗੀ ਯਾਨੀ ਕਿ ਮਿੱਠਾ ਰਸ ਹੈ ਫਿੱਕਾ ਨਹੀਂ ਹੈਗਾ ਔਰ ਜੇ ਕਿਸੇ ਕਿਸਾਨ ਨੇ ਏ ਆਪਣਾ ਇਹਦਾ ਵੇਖਣਾ ਹੋਵੇ ਉਹ ਸਾਡੇ ਕੋਲ ਲਾਹੌਰ ਆ ਸਕਦਾ ਵੈ ਠੀਕ ਹੈ ਔਰ ਅਗਰ ਕੋਈ ਜੀ ਨੇ ਕੋਈ ਚੈੱਕ ਕਰਨਾ ਹੋਵੇ ਕਿ ਜੀ ਆਇਆ ਕਿ ਵਾਕਈਆਂ ਦੀਆਂ ਜਿਹੜੀਆਂ ਮੈਂ ਉਹ ਕਲਮਾ ਜਿਹੜੀਆਂ ਮੈਂ ਉਹ ਮਿੱਠੀਆਂ ਵੈ ਤੇ ਮੈਂ ਉਹਨਾਂ ਨੂੰ ਪਾਰਸਲ ਵੀ ਭਲਾ ਸਕਦਾ ਵਾਂ TCS ਦੇ ਜ਼ਰੀਏ ਕੋਈ ਦੋ ਚਾਰ ਕਲਮਾ ਉਹਨਾਂ ਨੂੰ ਮੈਂ ਭਲਾ ਦਾਂਗਾ ਉਹ ਚੈੱਕ ਕਰ ਸਕਦੇ ਆ ਕਿ ਜੀ ਉਹਨਾਂ ਨੇ ਜੂ ਏਡੀ ਦੂਰ ਮੇਰੇ ਕੋਲ ਲਾਹੌਰ ਆਉਣਾ ਮੈਂ ਬਾਕੀ ਡਿਲੀਵਰੀ ਦੀ ਸਹੂਲਤ ਜੀ ਪੂਰੇ ਪਾਕਿਸਤਾਨ ਚ ਮੌਜੂਦ ਹੈ ਪਾਕਿਸਤਾਨ ਦੇ ਕਿਸੇ ਵੀ ਕੋਨੇ ਤੁਸੀਂ ਕਾਲ ਕਰੋਗੇ ਤੇ ਅਸੀਂ ਤੁਹਾਨੂੰ ਇਹਦੀਆਂ ਕਲਮਾਂ ਜਿਹੜੀਆਂ ਮੈਂ ਉਹ ਪ੍ਰੋਵਾਈਡ ਕਰਾਂਗੇ ਠੀਕ ਹੈ ਔਰ ਪੂਰੇ ਪਾਕਿਸਤਾਨ 'ਚ ਡਿਲੀਵਰੀ ਜਾ ਵੀ ਰਹੀ ਹੈ ਔਰ ਅਲਹਮਦੁਲਿਲਾ ਆਲਰੇਡੀ ਅਸੀਂ ਕਲਮਾਂ ਪਿੱਛੇ ਦਿੱਤੀਆਂ ਵੀ ਹੈ ਤੇ ਫੀਡਬੈਕ ਇਹਦਾ ਬਹੁਤ ਅੱਛਾ ਹੋਇਆ ਜਰਮੀਨੇਸ਼ਨ ਇਹਦੀ ਹਰ ਇੱਕ ਇੱਕ ਕਲਮ ਦੀ ਹੁੰਦੀ ਹੈ ਇਹ ਪੋਸੀਬਲ ਨਹੀਂ ਹੈਗਾ ਜੀ ਇਹਦੀਆਂ ਕਲਮਾਂ ਮਾਰ ਜਾਣ ਔਰ ਅਸੀਂ ਜਿਹੜੀਆਂ ਮੈਂ 2 ਅੱਖ ਵਾਲੀ ਕਲਮ ਦਿੰਨੇ ਆ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਜਾਵਾਂ ਇੱਕ ਇੱਥੋਂ ਅਸੀਂ ਕਲਮ ਕੱਟਦੇ ਆ ਔਰ ਇਹ ਵੀ ਅੱਖ ਨਾਲ ਹੈ ਤੇ ਇਹ ਵੀ ਅੱਖ ਨਾਲ ਦੂਜੀ ਕਲਮ ਇਥੋਂ ਕੱਢਦੇ तकरीबन 1 ਫੁੱਟ ਦੀ ਕਲਮ ਹੈ ਜਿਹੜੀ ਵੱਡੀ ਹੈ ਜਿਹੜੀ ਛੋਟੀ ਜਿਹੜੇ ਗੁਨੇ ਥਲੋ ਸ਼ੁਰੂ ਹੁੰਦੇ ਆ ਉਹ ਜਿਹੜੇ ਆ ਉਹ ਅਸੀਂ ਜਿਹੜਾ ਵਾ ਉਹ ਛੋਟੇ ਵੀ ਚਲੇ ਜਾਂਦੇ ਲੇਕਿਨ 2 ਤੋਂ 3 ਲੱਖ ਥਲੋ ਦਿੰਨੇ ਆ ਮੈਕਸਿਮਮ ਦੋ ਅੱਖ ਵਾਲੀ ਕਲਮ ਅਸੀਂ ਪ੍ਰੋਵਾਈਡ ਕਰਦੇ ਆ ਤੇ ਮੈਂ ਪਾਕਿਸਤਾਨ ਦੇ ਕਿਸਾਨਾਂ ਨੂੰ ਕਹਾਂਗਾ ਕਿ ਇਹਦੀ ਕਾਸ਼ਤ ਕਰੋ ਇਹ ਆਮ ਨੇ ਅਪੀਅਰ ਨਹੀਂ ਹੈਗਾ ਇਹ ਇੱਚ ਪ੍ਰੋਟੀਨ ਜ਼ਿਆਦਾ ਵਾ ਮਿਠਾਸ ਅੱਛੀ ਹੈ ਔਰ ਦੁੱਧ ਦੀ پیداوار ਜ਼ਿਆਦਾ ਹੋਣ ਦੀ ਵੇਹ ਤੂੰ ਮੈਂ ਆਪਣੇ ਕਿਸਾਨਾਂ ਨੂੰ ਕਹਾਂਗਾ ਕਿ ਤੁਸੀਂ ਲਾਜ਼ਮੀ ਇਹਨੂੰ ਲਗਾਵੋ ਔਰ ਕਈਆਂ ਬੰਦਿਆਂ ਨੇ ਅੱਕ ਕੇ ਤੇ ਨੈਪੀਅਰ ਗ੍ਰਾਸ ਤੇ ਵਾਹ ਦਿੱਤਾ ਵੈ ਉਹਨਾਂ ਨੇ ਨੈਪੀਅਰ ਗ੍ਰਾਸ ਇਸ ਲਈ ਵਾਇਆ ਵੈ ਕਿ ਉਹਨਾਂ ਨੇ ਕਿ ਯਾਰ ਇਹ ਤਾਂ ਸਾਡੇ ਡੰਗਰ ਹੀ ਘਟ ਗਏ ਆ ਤੇ ਲਿਹਾਜ਼ਾ ਅਸੀਂ ਜਿਹੜਾ ਆਪਣੇ ਕਿਸਾਨਾਂ ਨੂੰ ਕਹਾਂਗੇ ਕਿ ਇਹ ਇੱਕ ਨਵੀਂ ਚੀਜ਼ ਆ ਪਾਵਾ ਕਨਾਲ ਲਗਾਵੋ ਕਨਾਲ ਦੇ ਵਿੱਚ ਜੀ ਕਿੰਨੀਆਂ ਕਲਮਾਂ ਲੱਗਦੀਆਂ 1000 ਕਲਮ ਦੀ ਇੱਕ ਕਨਾਲ ਚ ਲੱਗਦੀ ਹੈ ਤੇ ਸਾਡੇ YouTube ਦੇ ਜਿੰਨੇ ਵੀ ਕਿਸਾਨ ਵੀ ਰਹਿ ਗਏ ਆ ਜਿਹੜੇ ਨੈਪੀਅਰ ਗ੍ਰਾਸ ਨੂੰ ਕਾਸ਼ਤ ਕਰਦੇ ਆ ਜਾਂ ਉਹ ਅੱਕੇ ਪਏ ਆ ਉਸ ਨੈਪੀਅਰ ਤੋਂ ਔਰ ਅਗਰ ਉਹ ਕਹਿੰਦੇ ਕਲਵੀ ਸਾਹਿਬ ਸਾਨੂੰ 2-4 ਕਲਮਾ ਜੜੀਆਂ ਮੈਂ ਗਿਫਟ ਕਰਾਵੋ ਤਾਂ ਮੈਂ ਜਨਾਬ ਹਾਜ਼ਰ ਆ ਉਹਨਾਂ ਨੂੰ ਟ్రਾਇਲ ਤੌਰ ਤੇ ਜੜੀਆਂ ਮੈਂ 2-4-5 ਕਲਮਾ ਜੜੀਆਂ TCS ਕਰਾਉਣਾ ਵੈ ਉਹ ਇਹਨਾਂ ਨੂੰ ਚੱਖਣ ਯਾਨੀ ਕਿ ਇਹਦਾ ਰਸ ਕੱਢ ਕੇ ਟੇਸਟ ਕਰਨ ਜਾਂ ਜਿੱਦਾਂ ਗੰਨਾ ਖਾਈ ਦਾ ਚੂਪੀ ਦਾ ਉਦਾਂ ਇਹਨਾਂ ਨੂੰ ਟੇਸਟ ਕਰਕੇ ਦੇਖਣ ਕਿ ਉਹਨਾਂ ਨੂੰ ਆਈਡੀਆ ਹੋਵੇਗਾ ਕਿ ਇਹ ਮਿੱਠਾ ਹੈਗਾ ਵੇ ਇਹਦੇ ਵਿੱਚ ਰਸ ਵੀ ਜ਼ਿਆਦਾ ਹੈ ਠੀਕ ਹੈ ਜੀ ਅਕਸਰ ਹੁੰਦਾ ਹੈ ਕਿ ਜੀ ਫੋਗ ਨਜ਼ਰ ਆਂਦਾ ਵਾ ਤੇ ਉਹ ਜੀ ਜਿਹੜਾ ਨੈਪੀਅਰ ਅਸੀਂ ਲਗਾਇਆ ਵਾ ਜਿੱਦਾਂ ਇਹ ਅੰਕਲ ਜੀ ਜਿਹੜਾ ਵਾ ਨਾ ਉਹ ਰੇੜੀ ਦੇ ਉੱਤੇ ਜਿਹੜਾ ਵਾ ਉਹ ਨੈਪੀਅਰ ਗ੍ਰਾਸ ਹੀ ਲੈ ਕੇ ਜਾ ਰਹੇ ਥੋੜਾ ਜਿਹਾ ਪਰ ਇਹ ਦੂਜਾ ਵਾ ਤੇ ਕਈਆਂ ਜਿੱਦਾਂ ਜ਼ਿਲ੍ਹਿਆਂ ਦੇ ਵਿੱਚ ਸ਼ੇਖਪੂਰਾ ਰੀਜਨ ਦੇ ਵਿੱਚ ਔਰ ਗੁਜਰਾਵਾਲਾ ਗੁਜਰਾਤ ਇਸ ਏਰੀਆ ਦੇ ਵਿੱਚ ਜਿਹੜਾ ਵਾ ਡਸ ਕੇ ਤੱਕਰ ਬਹੁਤ ਨੈਪੀਰ ਗ੍ਰਾਸ ਲੋਕਾਂ ਲਗਾਇਆ ਵਾ ਔਰ ਕਈਆਂ ਦੇ ਦਫੂਨਾਂ ਦੇ ਅਲਵੀ ਸਾਹਿਬ ਅਸੀਂ ਅੱਕ ਕੇ ਵਾਹ ਦਿੱਤਾ ਵਾ ਤੇ ਕਿਉਂ ਵਾਇਆ ਜੀ ਜੀ ਉਹਦੇ ਵਿੱਚ ਜੀ ਆਪਣਾ ਮਠਾਸ ਨਹੀਂ ਹੈਗੀ ਡੰਗਰ ਘਟ ਗਏ ਆ ਦੁੱਧੋ ਸੋਗੇ ਆ ਤੇ ਮੇਰਾ ਇਹ ਉਹਨਾਂ ਕਿਸਾਨਾਂ ਨੂੰ ਸਾਰਿਆਂ ਨੂੰ ਦਾਵਾ ਵੈ ਔਰ ਉਹਨਾਂ ਨੂੰ ਮੈਂ ਕਹਾਂਗਾ ਕਿ ਜੀ ਇਹ ਨੈਕਟਰ ਗ੍ਰਾਸ ਜਿਹੜਾ ਵੈ ਇਹ ਮਿੱਠਾ ਵੈ ਇਹਨੂੰ ਲਾਵੋ ਇਹਦੇ ਨਾਲ ਤੁਹਾਡੇ ਡੰਗਰਾਂ ਦਾ ਦੁੱਧ ਵਧੇਗਾ ਔਰ ਗੋਸ਼ਤ ਵੀ ਵਧੇਗਾ ਔਰ ਡੰਗਰੇ ਨੂੰ ਮਜ਼ੇ ਨਾਲ ਖਾਣਗੇ ਔਰ ਇਹ 12 ਮਹੀਨੇ ਚੱਲਣ ਵਾਲਾ ਹੈ ਵੈ ਇਹ 12 ਸਾਲ ਤੱਕ ਜੀ ਰਹਿ ਸਕਦਾ ਵੈ ਠੀਕ ਹੈ ਅੱਗੋ ਇਹਨੂੰ ਜਿੰਨਾ ਮਰਜੀ ਤੁਸੀਂ ਜਿਹੜਾ ਵੈ ਉਹ ਵਧਾਈ ਜਾਓ ਅੱਜ ਵੀ ਮੈਂ ਇੱਕ ਦੋ ਦੋਸਤ ਹੈਗੇ ਆ ਸਾਹੀਵਾਲ ਰਿਜਨ ਦੇ ਵਿੱਚ ਮਲਤਾਨ ਦੇ ਵਿੱਚ ਉਹਨਾਂ ਵਾਸਤੇ ਕਲਮਾ ਹੀ ਲੈਣ ਆਇਆ ਸੀ ਉਹਨਾਂ ਨੇ ਕਿਹਾ ਜੀ ਦੋ ਦੋ ਚਾਰ ਚਾਰ ਕਲਮਾ ਕਲੋ ਕਿਸੇ ਨੇ ਕਿਲਾ ਲਾਉਣਾ ਕਿਸੇ ਨੇ ਦੋ ਕਿਲੇ ਲਾਉਣੇ ਆ ਤੇ ਮੈਂ ਉਹਨਾਂ ਨੂੰ ਖੁਦ ਕਿਹਾ ਪਹਿਲੇ ਕਿ ਮੈਂ ਕਿਹਾ ਜਨਾਬ ਮੈਂ ਇਸ ਤਰ੍ਹਾਂ ਕਿਸੇ ਨੂੰ ਕਦੀ ਕੋਈ ਨਹੀਂ ਚੀਜ਼ ਕਲਾਈ ਪਹਿਲੇ ਮੈਂ ਬੰਦੇ ਨੂੰ ਕਹਿੰਦਾ ਜੀ ਭਾਈ ਮੇਰੇ ਕੋਲ ਆ ਅਗਰ ਉਹ ਬੰਦਾ ਆ ਨਹੀਂ ਸਕਦਾ ਤੇ ਮੈਂ ਉਹਨੂੰ ਟੀਸੀਐਸ ਜਾਂ ਡਾਕਰ ਦੇ ਜ਼ਰੀਏ ਉਹਦੇ ਕੋ ਕਲਮਾ ਪਹੁੰਚਾਉਣਾ ਮੈਂ ਉਹਦੀ ਤਸੱਲੀ ਹੋਵੇ ਕਿ ਮੈਂ ਜਿਹੜੀ ਚੀਜ਼ ਲਾਉਣ ਲੱਗਾ ਮੈਂ ਕੱਲ ਨੂੰ ਮੈਨੂੰ ਵਾਹਣੀ ਨਾ ਪਵੇ ਇਸ ਕਰਕੇ ਮੈਂ ਉਸ ਬੰਦੇ ਨੂੰ ਉਸ ਕਿਸਾਨ ਵੀਰ ਨੂੰ ਪਹਿਲੇ 4-5 ਕਲਮਾ ਘਲਾ ਕੇ ਉਹਦੀ ਤਸੱਲੀ ਵਾਸਤੇ ਜਦੋਂ ਦੀ ਤਸੱਲੀ ਪੂਰੀ ਹੋ ਜਾਂਦੀ ਹੈ ਫਿਰ ਮੈਂ ਕਹਿੰਦਾ ਜਨਾਬ ਹੁਣ ਤੁਸੀਂ ਕਲਮਾ ਲੈ ਸਕਦੇ ਜੀ ਤੇ ਇਹਦਾ ਜੀ ਪੀਕ ਤੇ ਸੀਜ਼ਨ ਜਿਹੜਾ ਵਾ ਉਹ ਪੂਰੇ ਪਾਕਿਸਤਾਨ ਦੇ ਵਿੱਚ ਜਿਹੜਾ ਵਾ ਉਹ ਇਹਦਾ 20 ਫਰਵਰੀ ਨੂੰ ਸ਼ੁਰੂ ਹੋ ਰਿਹਾ ਵਾ ਜਿਹਨਾਂ ਕਿਸਾਨ ਵੀਰਾਂ ਨੇ ਇਹਦੀਆਂ ਕਲਮਾ ਬੁੱਕ ਕਰਵਾਉਣੀਆਂ ਜਾਂ ਲੈਣੀਆਂ ਵਾ ਜਾਂ ਕਿਸੇ ਨੇ ਸੈਂਪਲ ਲੈਣਾ ਵਾ ਉਹ ਮੇਰੇ ਨਾਲ ਰਾਬਤਾ ਕਰੇ ਜੀ ਮੇਰਾ ਨੰਬਰ ਹੈ ਜੀ 03064625637 ਮੈਂ ਕਦੀ ਵੀ ਡਾਇਰੈਕਟ ਲਿਆ ਕੇ ਚੀਜ਼ ਕਦੀ ਕਿਸੇ ਨੂੰ ਨਹੀਂ ਦਿੱਤੀ ਅਗਰ ਮੈਂ ਚਾਵਲ ਦਾ ਸੀਡ ਜਿੱਦਾਂ ਕਿ ਪੂਸਾ ਬਾਸਮਤੀ 1847 ਸੀਗਾ ਜਾਂ ਕਾਇਨਾਤ ਦੀਆਂ ਵੈਰਾਈਟੀਆਂ ਮੇਰੇ ਕੋਲ ਡਿਵੈਲਪ ਹੋਈਆਂ ਜਾਂ ਸੁਪਰ ਸੁਲਤਾਨ ਚਾਵਲ ਦਾ ਬੀਜ ਜਿਹੜਾ ਮੇਰੇ ਕੋਲ ਆਇਆ ਮੈਂ ਪਹਿਲੇ ਖੁਦ ਲਗਾਣਾ ਮੈਂ ਉਹਦੀ ਐਵਰੇਜ ਦੇਖਦਾ ਮੈਂ ਉਹਦੇ ਉੱਤੇ ਬਿਮਾਰੀਆਂ ਦਾ ਹਮਲਾ ਦੇਖਦਾ ਮੈਂ ਜਦੋਂ ਮੇਰੀ ਤਸੱਲੀ ਹੁੰਦੀ ਆ ਤਾਂ ਫਿਰ ਮੈਂ ਕਿਸਾਨਾਂ ਨੂੰ ਕਿੰਨਾ ਜਨਾਬ ਹੁਣ ਤੁਸੀਂ ਇਹ ਚੀਜ਼ ਲੈ ਸਕਦੇ ਜੇ ਔਰ ਜਿਸ ਤਰ੍ਹਾਂ ਮੇਰਾ ਤਜਰਬਾ ਪਿਛਲੇ ਸਾਲ ਦਾ ਕਿ ਮੈਂ ਵਾਹਿਦ ਬੰਦਾ ਹੋਵਾਂਗਾ ਜਿਨੇ ਪਾਕਿਸਤਾਨ ਦੇ ਵਿੱਚ ਪੂਸਾ ਬਾਸਮਤੀ 1847 ਦੀ ਮੋਢੀ ਫਸਲ ਲਈ ਸੀਗੀ ਪਹਿਲੀ ਮੇਰੀ ਫਸਲ 83 ਮਣ ਆਈ ਸੀ ਔਰ ਦੂਸਰੀ ਜਿਹੜੀ ਹੈ ਬਹੁਤ ਸਾਰੇ ਦੋਸਤਾਂ ਨੂੰ ਪਤਾ 93 ਮਣ ਨਿਕਲੀ ਸੀਗੀ ਇਸਰਾ ਹੀ ਗੰਦਮ ਦੇ ਸੀਡ ਜਿਹੜੇ ਆ ਉਹ ਮੈਂ ਪਹਿਲੇ ਆਪ ਲਿਆ ਕੇ ਕਾਸ਼ਤ ਕਰਦਾ ਮੈਂ ਪਾਕਿਸਤਾਨ ਦੀ ਵੈਦਰ ਜਿਹੜਾ ਵਾ ਉਹ ਵੇਖਦਾ ਕਿ ਆਇਆ ਕਿ ਐਡਜਸਟੇਬਲ ਹੈਗੇ ਆ ਇਹਨਾਂ ਨੂੰ ਕੋਈ ਬਿਮਾਰੀ ਔਰ ਕੂਵਤ ਮਦਾਫੀਅਤ ਬੀ ਦੇ ਵਿੱਚ ਕਿੰਨੀ ਹੈਗੀ ਹੈ ਜਦੋਂ ਮੇਰੀ ਆਪਣੀ ਤਸੱਲੀ ਹੁੰਦੀ ਹੈ ਤੇ ਮੈਂ ਫੇਰ ਜਿਹੜਾ ਅੱਗੇ ਤੇ ਕਿਸੇ ਨੂੰ ਦਿੰਦਾ ਦੂਜੀ ਗੱਲ ਕਾਫੀ ਸਾਰੇ ਦੋਸਤਾਂ ਨੂੰ ਮੈਂ ਦੱਸ ਜਾਵਾਂ ਮੈਂ ਇੱਕ ਕਿਸਾਨ ਹੈ ਮੈਂ ਨਾ ਕੋਈ ਡੀਲਰ ਹੈਗਾ ਮੈਂ ਨਾ ਮੈਂ ਖਾਦ ਡੀਲਰ ਹੈ ਨਾ ਮੈਂ ਕੋਈ ਸੀਡ ਮਾਫੀਆ ਹੈਗਾ ਮੈਂ ਮੇਰਾ ਹੁੰਦਾ ਹੈ ਕਿ ਮੈਂ ਆਪਣੇ ਕਿਸਾਨ ਨੂੰ ਅੱਛੀ ਪ੍ਰੋਡਕਸ਼ਨ ਲਗਾ ਕੇ ਦਵਾਂ ਚਾਹੇ ਉਹ ਦਿਲਕਸ਼ ਬੀ ਹੈ ਚਾਹੇ ਪੀਕੇ 11 ਆ ਚਾਹੇ ਸੁਪਰ ਸੁਲਤਾਨ ਹੈਗਾ ਵਾ ਚਾਹੇ ਉਹ ਅਸਗਰ 512 ਮੈਂ ਜਾਂ ਕੋਈ ਵੀ ਐਨੀ ਅਦਰ ਸੀਡ ਹੈਗਾ ਵਾ ਜਾਂ ਕੋਈ ਵੀ ਕਿਸੇ ਕਿਸਮ ਦਾ ਸੀਡ ਹੈ ਫਸਲਾਂ ਦਾ ਉਹ ਪਹਿਲੇ ਮੇਰੇ ਕੋਲ ਲੱਗਾ ਹੋਵੇ ਤੇ ਫੇਰ ਮੈਂ ਅਗੇ ਕਿਸ ਨੂੰ ਦੱਸ ਸਕਦਾ ਦੂਸਰਾ ਮੈਂ ਦੱਸ ਜਾਵਾਂ ਕਿ ਸਾਡੇ ਕੋ ਅਸੀਂ ਪਿਛਲੇ ਸਾਲ ਫਲੋਰੀਡਾ ਯੂ ਐਸ ਏ ਤੋਂ ਕਾਲੀ ਮੱਕੀ ਇੰਪੋਰਟ ਕੀਤੀ ਸੀ ਇਸ ਸਾਲ ਵੀ ਕੁਝ ਪੈਕਟ ओरिजिनल ਜਿਹੜੇ ਉਹ ਇੰਪੋਰਟ ਕਰ ਲਏ ਆ ਔਰ ਕੁਝ ਆ ਰਹੇ ਆ ਜੇ ਕਿਸੇ ਕਿਸਾਨ ਵੀਰ ਨੇ ਫਲੋਰੀਡਾ ਦੀ ਬਲੈਕ ਮੱਕੀ ਕਾਸ਼ਤ ਕਰਨੀ ਹੋਵੇ ਐਜ਼ ਅ ਸੀਡ ਬਣਾਉਣ ਵਾਸਤੇ ਜਾਂ ਕਿਸੇ ਨੇ ਡੰਗਰਾਂ ਵਾਸਤੇ ਆਪਣੇ ਮੋਬੈਸ਼ੀਆਂ ਵਾਸਤੇ ਉਹਦਾ ਚਾਰਾ ਲਗਾਉਣਾ ਹੋਵੇ ਤੇ ਸਾਡੇ ਕੋ ਜਨਾਬ ਮੱਕੀ ਪਈ ਹੈ ਬੇਸਿਕ ਸੀਡ ਵੀ ਆ ਗਿਆ ਵਾ ਔਰ ਚਾਰੇ ਵਾਸਤੇ ਵੀ ਜਿਹੜਾ ਵਾ ਉਹ ਸੀਡ ਆ ਗਿਆ ਵਾ ਫੀ ਏਕੜ ਦੇ ਵਿੱਚ 10 ਤੋਂ 12 ਕਿਲੋ ਜਿਹੜਾ ਵਾ ਉਹ ਸੀਡ ਇਸਤੇਮਾਲ ਹੋਏਗਾ ਚੋਪੇ ਦੇ ਉੱਤੇ ਔਰ ਇਹਨੂੰ ਛਲੀਆਂ ਜਿਹੜੀਆਂ ਮੈਂ 4 ਤੋਂ ਲੈ ਕੇ 8 ਛਲੀਆਂ ਪੈਂਦੀਆਂ ਮੈਂ ਔਰ ਪ੍ਰੋਟੀਨ ਜਿਹੜੀ ਹੈ ਉਹ ਤੁਸੀਂ ਗੂਗਲ ਤੋਂ ਆਪ ਸਰਚ ਕਰ ਲਓ ਇਹ ਚ ਪ੍ਰੋਟੀਨ ਜਿਹੜਾ ਵਾ ਉਹ ਕੋਈ 27% ਦੇਗਾ ਵਾ ਜਬਕਿ ਆਇਰਨ ਜਿਹੜਾ ਵਾ ਉਹ 30% ਦਾ ਜ਼ਿੰਕ ਜਿਹੜਾ ਵਾ ਉਹ 27% ਦਾ ਤੇ ਮੈਂ ਕਿਸਾਨ ਵੀਰਾਂ ਨੂੰ ਕਹਾਂਗਾ ਕਿ ਜੀ ਤੁਸੀਂ ਇਹਦੀਆਂ ਕਲਮਾ ਲਾਉਣ ਦੇ ਨਾਲ-ਨਾਲ ਜਿਹੜਾ ਵਾ ਉਹ ਬਲੈਕ ਮੱਕੀ ਦੇ ਚੋਪੇ ਵੀ ਉਸੇ ਕਿਲੇ ਚ ਲਾ ਦਿਓ ਯਾਨੀ ਕਿ ਤੁਹਾਨੂੰ ਡਬਲ ਫਾਇਦਾ ਹੋ ਜਾਵੇ ਔਰ ਬਲੈਕ ਮੱਕੀ ਜ਼ਰੂਰ ਕਾਸ਼ਤ ਕਰੋ ਇਹ ਐਸੀ ਮੱਕੀ ਹੈ ਜਿਹੜੀ ਹਾਈਬ੍ਰਿਡ ਨਹੀਂ ਹੈਗੀ ਔਰ ਇਹਦਾ ਸੀਡ ਤੁਸੀਂ ਖੁਦ ਡਿਵੈਲਪ ਕਰ ਸਕਦੇ ਜੇ ਔਰ ਯਕੀਨ ਕਰੋ ਕਿ ਤੁਸੀਂ ਆਪਣੇ ਜਾਨਵਰਾਂ ਨੂੰ ਵੰਡੇ ਤੋਂ ਔਰ ਖਾਲ ਤੋਂ ਨਜਾਦ ਦਲਵਾ ਸਕਦੇ ਜੇ ਮਹਿੰਗੇ ਵੰਡੇ ਮਹਿੰਗੀ ਖਾਲ ਤੇ ਖਾਲੀ ਬਲੈਕ ਮੱਕੀ ਦਾ ਤੁਸੀਂ ਸਾਇਲੇਜ ਬਣਾ ਲਓ ਜਾਂ ਮੱਕੀ ਜਿਹੜੀ ਤੁਸੀਂ ਖਵਾਓ ਤਾਜ਼ਾ ਕੱਟ ਕੇ ਤੁਹਾਡੇ ਮੋਬਾਈਸ਼ੀ ਜਿਹੜੇ ਆ ਉਹ ਸਿਹਤਮੰਦ ਹੋਣਗੇ ਔਰ ਉਹਨਾਂ ਦਾ ਦੁੱਧ ਦੀ ਜਿਹੜੀ ਪੈਦਾਵਾਰ ਵਧੇਗੀ ਇਹ ਮੇਰੇ ਕੋਲ ਦੋ ਚੀਜ਼ਾਂ ਜਿਹੜੀਆਂ ਜੀ ਇੱਕ ਬਲੈਕ ਮੱਕੀ ਔਰ ਇੱਕ ਰੈਡ ਨੈਪੀਅਰ ਗ੍ਰਾਸ ਮਾਸ਼ਾਅੱਲਾ ਬਹੁਤ ਅੱਛਾ ਰਿਜ਼ਲਟ ਸਾਡੇ ਕੋਲ ਆਇਆ ਜੀ ਤੇ ਮੈਂ ਆਪਣੇ ਕਿਸਾਨਾਂ ਨੂੰ ਕਹਾਂਗਾ ਵੀਡੀਓ ਮੈਂ ਮੁਖਤਸਰ ਕਹਿ ਕੇ ਬਣਾਉਣਾ ਮੈਂ ਲੇਕਿਨ ਹੋਰ ਲੰਬੀ ਜਾਂਦੀ ਹੈ ਤੇ ਇਸੇ ਵਾਸਤੇ ਮਾਫ਼ਰਤ ਲੋ ਜੀ ਸਜਣੋ ਤੋਂ ਬੇਲੀਓ ਮੈਨੂੰ ਦੋ ਇਜਾਜ਼ਤ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨੀ ਕਿਸਾਨ ਪੈਂਦਾਬਾਦ